माँ बाप अपने बच्चों लई किसी भी हद तक जाके उन्हां दी रीझां पूरी करते हैं। बदले विच बच्चों का भी फर्ज बनता है कि वह अपने माता पिता की इच्छा पूरी करे, उन्हां दा ध्यान रखे, बुढ़ापे विच अपने माता पिता का सहारा बने उस तरह जिस तरह बचपन विच माता पिता अपने बच्चों का बनते हैं। पर कई बार बच्चे अपने माता पिता नाल जायदाद की खातिर बहुत ही बुरा सलूक करते हैं। खबर जलंधर तो है जिथे जायदाद की खातिर एक बेटे ने अपने माता पिता अते भरा दा गोलियां मार के कतल कर दिता। हद तां उदों हो गई जदों कतल करन तो बाद मुलजम सिनेमा वेखन चला गया अते उसने अपने आप नूं पुलिस दे हवाले कर दिता। जलंधर देहात पुलिस दे डीएसपी बलबीर सिंह ने दस्या कि आरोपी बेटे हरप्रीत दा अपने पिता जगबीर सिंह नाल प्रॉपर्टी नूं लैके बहुत समय तो विवाद चल रहा सी, जिस दे चलदे उसने अपने ही माता पिता अते भरा दा गोली मार के कतल कर दिता। ਇਹਨਾਂ ਦੇ ਨਾ ਬੇਟੇ ਨੇ ਹਰਪ੍ਰੀਤ ਨੇ ਆਪਣੇ ਲਾਇਸੈਂਸੀ ਆਪਣੇ ਫਾਦਰ ਦੇ ਲਾਇਸੈਂਸੀ ਵੈਪਨ ਦੇ ਨਾਲ ਆਪਣੇ ਫਾਦਰ ਨੂੰ ਇੱਕ ਰਾਈਫਲ ਹੈਗੀ ਆ .22 ਉਹਦੇ ਨਾਲ ਦੇਖੇ ਚਾਰ ਪੰਜ ਫਾਇਰ ਉਹਨਾਂ ਦੇ ਵੱਜੇ ਆ ਜੀ। ਮਦਰ ਦੇ ਇੱਕ ਫਾਇਰ ਮਾਰਿਆ ਇੱਥੇ ਗਲ ਦੇ ਵਿੱਚ ਦਨਾਲੀ ਦਾ ਜੀ, ਅਤੇ ਇੱਕ ਆਪਣੇ ਬ੍ਰਦਰ ਦੀ ਛਾਤੀ ਵਿੱਚ ਫਾਇਰ ਮਾਰਿਆ। ਤਿੰਨਾਂ ਨੂੰ ਉਹਨੇ ਮਾਰ ਦਿੱਤਾ ਜੀ ਅਤੇ ਮਾਰ ਕੇ ਤਾਂ ਆਪ ਇੱਥੋਂ ਘਰੋਂ ਜਿਹੜਾ ਭੱਜ ਗਿਆ ਹੈਗਾ। ਮੌਕੇ 'ਤੇ ਆਏ ਹਾਂ, ਤਿੰਨਾਂ ਬੋੜੀਆਂ ਨੂੰ ਅਸੀਂ ਜਿਹੜਾ ਇਹਨਾਂ ਦੀ ਅਸੀਂ ਮੌਕੇ 'ਤੇ ਹੁਣ ਸਾਰੀ ਕਾਰਵਾਈ ਲੱਗੇ ਕਰਨ ਦੀ, ਅਤੇ ਜੋ ਸਾਨੂੰ ਹਾਲੇ ਫਿਲਹਾਲ ਜਿਹੜਾ ਪਤਾ ਲੱਗਾ ਘਰ ਦੇ ਵਿੱਚ ਡਿਸਪਿਊਟ ਜਿਹੜਾ ਇਹਨਾਂ ਦਾ ਫਾਦਰ ਦਾ ਅਤੇ ਇਹਦੇ ਜਿਹੜਾ ਬੇਟੇ ਦਾ ਜਿਹੜਾ ਕਿਵੇਂ ਜਿਹੜਾ ਚੱਲਦਾ ਸੀਗਾ ਪ੍ਰੋਪਰਟੀ ਨੂੰ ਲੈ ਕੇ ਕਹਿ ਰਿਹਾ ਸੀ ਮੇਰੇ ਨਾਂ ਲਵਾ ਦਿਓ। ਉੱਧਰ ਹੀ ਮੋਗਾ ਵਿੱਚ ਇੱਕ ਕਾਂਗਰਸੀ ਸਰਪੰਚ ਅਤੇ ਉਸਦੇ ਸਾਥੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਿਸ ਸਰਪੰਚ ਦੀ ਹੱਤਿਆ ਕੀਤੀ ਹੈ ਉਹ ਮੋਗੇ ਦੇ ਪਿੰਡ ਖੋਸਾ ਦਾ ਰਹਿਣ ਵਾਲਾ ਹੈ। ਸੈਰ ਕਰਨ ਗਏ ਸਰਪੰਚ ਦੀ ਪਹਿਲਾਂ ਹਮਲਾਵਰਾਂ ਨਾਲ ਬਹਿਸ ਹੋਈ, ਉਸ ਤੋਂ ਬਾਅਦ ਉਹਨਾਂ ਨੇ ਅੰਨੇਵਾਹ ਗੋਲੀਆਂ ਚਲਾ ਦਿੱਤੀ ਜਿਸ ਵਿੱਚ ਸਰਪੰਚ ਅਤੇ ਉਸਦੇ ਸਾਥੀ ਦੀ ਮੌਤ ਹੋ ਗਈ। ਮੌਕੇ 'ਤੇ ਪੁੱਜੇ SSP ਨੇ ਦੱਸਿਆ ਕਿ ਦੋਵਾਂ ਧਿਰਾਂ ਵਿੱਚ ਪੁਰਾਣੀ ਦੁਸ਼ਮਣੀ ਚੱਲ ਰਹੀ ਸੀ, ਇਸ ਰੰਜਿਸ਼ ਨੂੰ ਲੈ ਕੇ ਹੀ ਉਹਨਾਂ ਦਾ ਕਤਲ ਕਰ ਦਿੱਤਾ ਗਿਆ।